ਪਹਿਲਾਂ ਤਾਂ ਇਹ ਆਰਟ ਤੁਸੀਂ ਸਿੱਖਿਆ ਕਿੱਥੋਂ ਦੀ ਹੈ ਜੀ? ਇਹ 2003 ਦੇ ਵਿੱਚ ਮੈਂ ਕਿਸੇ ਟੀਵੀ ਦੇ ਵਿੱਚ ਇੱਕ ਕਲਾਕਾਰ ਨੂੰ ਇਸ ਆਰਟ ਨੂੰ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਵੀ ਸ਼ੌਂਕ ਲੱਗਿਆ ਕਿ ਮੈਂ ਇਸ ਕਲਾ ਨੂੰ ਅੱਗੇ ਵਧਾਵਾਂ ਜੀ। ਤੇ ਉਸ ਆਰਟ ਨੇ ਆਰਟਿਸਟ ਨੇ ਇੱਦਾਂ ਹੀ ਬੋਤਲ 'ਚ ਮੰਜਾ ਬਣਾਇਆ ਸੀਗਾ ਪਰ ਮੈਂ ਇੱਕ ਪੇਂਟਰ ਸੀਗਾ ਜੀ, ਪੇਂਟਿੰਗ ਦਾ ਕੰਮ ਕਰਦਾ ਸੀਗਾ ਤੇ ਉਹਦੇ ਨਾਲ ਮੈਨੂੰ ਹੁੰਦਾ ਸੀ ਕਿ ਮੈਂ ਪੇਂਟਿੰਗ ਬੋਤਲ ਦੇ ਅੰਦਰ ਕਰਕੇ ਕੁਝ ਵੱਖਰਾ ਜਿਹਾ ਕਰਾਂ ਤੇ ਕਲਰਸ ਨੂੰ ਆਰਟਿਸਟ ਕੈਨਵਸ ਵਗੈਰਾ ਤੇ ਵਾਲ 'ਚ ਤਾਂ ਸਾਰੇ ਯੂਜ ਕਰਦੇ ਨੇ। ਫਿਰ ਮੈਂ ਬੋਤਲ ਦੇ ਅੰਦਰ ਕਲਰ ਚਲਾ ਕੇ ਦੇਖੇ, ਪੇਂਟਿੰਗ ਕਰਕੇ ਦੇਖੀ ਤਾਂ ਮੈਂ ਉਸ ਚੀਜ਼ 'ਚ ਕਾਮਯਾਬ ਰਿਹਾ ਜੀ। ਅਤੇ ਬੋਤਲ ਦੇ ਅੰਦਰ ਹੀ ਮੈਂ ਕਾਫੀ ਇੱਦਾਂ ਪੇਂਟਿੰਗਸ ਬਣਾਈਆਂ। ਫਿਰ ਮੈਂ ਇੱਦਾਂ ਲੱਕੜ ਦੀਆਂ ਜੋ ਕਲਾਕ੍ਰਿਤਾ ਸੀ, ਮੰਜਾ, ਕੁਰਸੀ, ਪੌੜੀ, ਮਧਾਨੀ, ਚਰਖਾ, ਤਾਂ ਇਹ ਚੀਜ਼ਾਂ ਫਿਰ ਮੈਂ ਇਕੱਲਾ ਇਕੱਲਾ ਪੀਸ ਲੱਕੜ ਦਾ ਤਰਾਸ਼ ਕੇ ਅੰਦਰ ਫਿੱਟ ਕੀਤਾ ਜੀ ਅਤੇ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਮੈਨੂੰ ਕਾਮਯਾਬੀ ਮਿਲਦੀ ਜਾਏਗੀ। ਪਹਿਲਾਂ ਉਹੀ ਬੇਸਿਕ ਕੁਐਸਚਨ ਕਿ ਇਹ ਇੰਨੀ ਵੱਡੀ ਚੀਜ਼ ਇਹਦੇ ਵਿੱਚ ਛੋਟਾ ਜਿਹਾ ਟੱਕਣ ਹੁੰਦਾ ਕਿ ਇਹਦੇ 'ਚ ਜਾਂਦੀ ਕਿਵੇਂ ਜਾਂ ਬਣਦੀ ਕਿਵੇਂ ਹੈ? ਹਾਂਜੀ, ਕਿਉਂਕਿ ਜਦੋਂ ਮੈਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਕਲਾਕ੍ਰਿਤਾ ਬਣਾਇਆ ਸੀ ਤਾਂ ਪਿੰਡ ਦੇ ਲੋਕ ਵੀ ਯਕੀਨ ਨਹੀਂ ਕਰਦੇ ਸੀਗੇ ਕਿ ਬੋਤਲ ਨੂੰ ਕੱਟ ਕੇ ਉਹਦਾ ਥੱਲਾ ਕੱਢ ਦਿੱਤਾ ਜਾਂਦਾ ਹੋਏਗਾ ਜੀ। ਪਰ ਜਦੋਂ ਬਹੁਤ ਸਾਰਾ ਮੀਡੀਆ ਵੀ ਆਉਂਦਾ ਰਿਹਾ ਜੀ, ਪੂਰਾ ਇਸ ਬੋਤਲ ਨੂੰ ਤੁਸੀਂ ਧਿਆਨ ਨਾਲ ਚੈੱਕ ਕਰੋਗੇ ਤਾਂ ਇੱਦਾਂ ਦਾ ਕੁਝ ਨਹੀਂ ਹੋਊਗਾ। ਅਸਲ 'ਚ ਹਰ ਚੀਜ਼ ਨੂੰ ਇਕੱਲਾ ਇਕੱਲਾ ਪੀਸ ਬਾਹਰ ਪਹਿਲਾਂ ਮੈਂ ਤਰਾਸ਼ਦਾ ਲੱਕੜ ਦਾ, ਉਸ ਤੋਂ ਬਾਅਦ ਉਸਨੂੰ ਅੰਦਰ ਫਿੱਟ ਕੀਤਾ ਜਾਂਦਾ ਜੀ। ਇਹਦੇ ਵਿੱਚ ਮੇਰੇ ਔਜ਼ਾਰ ਨੇ ਕੁਝ ਆਪਣੇ ਤਿਆਰ ਕੀਤੇ ਹੋਏ, ਜਿਵੇਂ ਕਿ ਸਾਈਕਲ ਦਾ ਇੱਕ ਗਜ ਹੁੰਦਾ ਜੀ, ਉਹ ਮੈਂ ਬਹੁਤ ਯੂਜ ਕਰਦਾ ਇਸ ਚੀਜ਼ ਦੇ ਵਿੱਚ। ਹੋਰ ਵੀ ਚਿਮਟੀ ਵਗੈਰਾ ਕਾਫੀ ਔਜ਼ਾਰ ਨੇ ਜਿਹੜੇ ਟੂਲਸ ਮੈਂ ਆਪਣੇ ਤਿਆਰ ਕੀਤੇ ਹੋਏ ਨੇ ਤੇ ਉਹਨਾਂ ਦੇ ਨਾਲ ਫਿਰ ਇਸ ਨੂੰ ਇਕੱਲਾ ਇਕੱਲਾ ਮੈਂ ਅੰਦਰ ਫਿੱਟ ਕਰਦਾ ਤੇ ਜਦੋਂ ਬਟ ਇਹ ਤਾਂ ਮੰਜੇ ਬੁਣੇ ਵੀ ਹੋਏ ਆ, ਸੋ ਉਹ ਚੀਜ਼ ਕਿਵੇਂ ਪੋਸੀਬਲ ਕੀਤੀ ਤੁਸੀਂ? ਹਾਂਜੀ, ਦੇਖੋ ਜਿਹੜਾ ਅੱਜ ਦਾ ਕਲਚਰ ਆਪਣਾ ਸਾਇੰਸ ਦਾ ਯੁੱਗ ਕਹਿ ਸਕਦੇ ਹਾਂ ਆਪਾਂ ਕਿ ਮਸ਼ੀਨੀ ਯੁੱਗ ਆ ਗਿਆ ਜੀ। ਪਹਿਲਾਂ ਲੜਕੀਆਂ ਪੱਖੀਆਂ ਬੁਣਦੀਆਂ ਸੀ, ਮੰਜੇ, ਚਾਦਰਾਂ, ਦਰੀਆਂ, ਤੇ ਉਹ ਸਾਰਾ ਕੁਝ ਹੁਣ ਖਤਮ ਹੁੰਦਾ ਜਾ ਰਿਹਾ ਜੀ ਤੇ ਮੈਂ ਸੋਚਿਆ ਸੀ ਵੀ ਇਸ ਕਲਾ ਨੂੰ ਮੈਂ ਅੱਗੇ ਵਧਾਵਾਂ ਤੇ ਮੈਂ ਫਿਰ ਇਹ ਸਾਰਾ ਕੁਝ ਸਿੱਖਿਆ ਜੀ, ਬੁਣ ਕੇ ਸਿੱਖੀ। ਇਸ ਨੂੰ ਸਿੱਖਣ ਦੇ ਲਈ ਮੈਂ ਰਾਜਸਥਾਨ, ਹਰਿਆਣਾ, ਕਾਫੀ ਬਾਹਰ ਸਟੇਟਾਂ 'ਚ ਵੀ ਮੈਂ ਜਾਂਦਾ ਰਿਹਾ, ਉਸਤਾਦ ਲੋਕ ਵਧੀਆ ਲੱਭੇ ਜੀ ਮੈਂ, ਤੇ ਇਹ ਕਲਾ 'ਚ ਮੈਂ ਕਾਫੀ ਸੰਪੂਰਨ ਹੋਇਆ ਫਿਰ, ਯਾਨੀ ਕਿ ਫਿਰ ਇਹ ਚੀਜ਼ਾਂ ਮੈਂ ਅੱਗੇ ਵਧਾਉਂਦਾ ਜਾਈਗਾ ਜੀ। ਤੇ ਮੈਨੂੰ ਸ਼ੌਂਕ ਆ ਜੀ ਇਹ ਚੀਜ਼ਾਂ ਦਾ, ਮੈਂ ਹੁਣ ਕਾਫੀ ਟਾਈਮ ਤੋਂ ਇਹ ਚੀਜ਼ਾਂ ਕਰ ਰਿਹਾ ਤੇ ਪਿੰਡ 'ਚ ਮੈਂ ਕਾਫੀ ਮਸ਼ਹੂਰ ਸੀ। ਕਿਸੇ ਨੇ ਮੰਜਾ ਵੀ ਬੁਣਨਾ ਹੁੰਦਾ ਸੀ ਤਾਂ ਮੈਨੂੰ ਕਹਿੰਦੇ ਸੀਗੇ ਵੀ ਗੁਰਦੀਪ ਨੂੰ ਬੁਲਾਓ, ਮੰਜਾ ਉਸ ਤੋਂ ਬਣਾਵਾਂਗੇ, ਤੇ ਇੱਦਾਂ ਹੀ ਮੈਂ ਫਿਰ ਇਹ ਚੀਜ਼ਾਂ ਕਰਦਾ ਜਾ ਰਿਹਾ ਜੀ ਹੁਣ ਕਾਫੀ ਟਾਈਮ ਤੋਂ। ਬਟ ਕੀ ਲੱਗਦਾ ਕਿ ਇਸ ਇਹ ਚੀਜ਼ਾਂ ਦੇ ਨਾਲ, ਕਿਉਂਕਿ ਆਪਾਂ ਅਕਸਰ ਹੀ ਇਹ ਚੀਜ਼ ਆਪਾਂ ਨੂੰ ਮੁੰਡਾ ਹੋਵੇ ਜਾਂ ਮੁੰਡਿਆਂ ਨੂੰ ਤਾਂ ਬੇਸਿਕਲੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਭਾਈ ਘਰ ਪਰਿਵਾਰ ਚਲਾਉਣਾ ਹੈ ਤੂੰ, ਫਿਰ ਇਹ ਆਰਟ ਦੇ ਨਾਲ ਤੁਹਾਨੂੰ ਲੱਗਦਾ ਕਿ ਫਾਈਨੈਂਸ਼ਲੀ ਉਹ ਚੀਜ਼ਾਂ ਤੁਹਾਡੀ ਕੰਪਲੀਟ ਹੋਈਆਂ ਨੇ ਕਿ ਤੁਸੀਂ ਕਿਵੇਂ ਮੈਨੇਜ ਕੀਤਾ? ਦੇਖੋ ਜੀ, ਅਕਸਰ ਨਾ ਬਹੁਤ ਸਾਰੇ ਘਰਾਂ ਦੇ ਵਿੱਚ ਲੜਾਈ ਹੁੰਦੀ ਆ ਕਿਉਂਕਿ ਕੁਝ ਇਨਸਾਨ ਨਾ ਡਰਿੰਕ ਕਰਦੇ ਨੇ, ਦਾਰੂ ਦੀ ਬੋਤਲ ਘਰ ਪਈ ਹੁੰਦੀ ਆ ਜੀ। ਮੇਰੇ ਘਰ ਕਈ ਵਾਰੀ ਝਗੜਾ ਵਾਈਫ ਨਾਲ ਇਸ ਕਾਰਨ ਹੋ ਜਾਂਦਾ ਕਿਉਂਕਿ ਮੇਰੇ ਕੋਲ ਖਾਲੀ ਬੋਤਲਾਂ ਬਹੁਤ ਸਾਰੀਆਂ ਪਈਆਂ ਨੇ, 500-700 ਬੋਤਲ ਖਾਲੀ ਪਈ ਆ, ਤਾਂ ਮੈਨੂੰ ਇੱਕ ਕਵਾੜੀਏ ਦਾ ਘਰ ਦੇ ਵੀ ਕਈ ਵਾਰ ਕਹਿ ਦਿੰਦੇ ਵੀ ਕਵਾੜੀਏ ਦੀ ਬੋਤਲਾਂ ਪਈਆਂ ਨੇ। ਤਾਂ ਜੀ ਇਹਨਾਂ ਚੀਜ਼ਾਂ ਦੇ ਨਾਲ ਮੇਰੀ ਇੱਕ ਪਹਿਚਾਣ ਬਣੀ ਆ ਜੀ ਪੂਰੇ ਪੰਜਾਬ 'ਚ, ਮੈਂ ਜਿੱਥੇ ਵੀ ਜਾਂਦਾ ਬਹੁਤ ਲੋਕ ਮੈਨੂੰ ਪਹਿਚਾਣ। ਗਲਾਸ ਆਰਟਿਸਟ, ਬਿਲਕੁਲ ਆਰਟਿਸਟ। ਹਾਂ ਜੀ, ਤਾਂ ਇਹਨਾਂ ਚੀਜ਼ਾਂ ਦਾ ਪਹਿਲਾਂ ਕੋਈ ਮੁੱਲ ਨਹੀਂ ਸੀ ਜੀ, ਪਰ ਹੁਣ ਬਹੁਤ ਸਾਰੇ NRI ਭਰਾ ਨੇ ਜਿਹੜੇ ਮੇਰੇ ਇਹਨਾਂ ਚੀਜ਼ਾਂ ਨੂੰ ਖਰੀਦਦੇ ਵੀ ਨੇ, ਔਰਡਰ ਦਿੰਦੇ ਨੇ ਮੈਨੂੰ, ਬਹੁਤ ਜ਼ਿਆਦਾ ਔਰਡਰ ਹੁੰਦਾ ਜੀ ਮੇਰੇ ਕੋਲ ਇਹ ਚੀਜ਼ਾਂ ਨੂੰ ਬਣਾਉਣ ਦੇ ਲਈ, ਵੀ ਟਾਈਮ ਨਹੀਂ ਕੱਢ ਪਾ ਰਿਹਾ ਮੈਂ, ਤਾਂ ਬਹੁਤ ਸਾਰੀ ਮੈਨੂੰ ਸਪੋਰਟ ਆ ਜੀ ਹੁਣ, ਹੁਣ ਜਾ ਕੇ ਕਲਾ ਦੀ ਕਦਰ ਵੀ ਪਈ ਆ ਜੀ। ਅਤੇ ਇਸ ਲਈ ਮੈਂ ਆਪਣਾ ਇਸ ਆਰਟ ਦੇ ਨਾਲ ਪਹਿਲਾਂ ਮੇਰੀ ਰੋਜ਼ੀ ਰੋਟੀ ਨਹੀਂ ਚੱਲਦੀ ਸੀ, ਨਾਮ ਬਹੁਤ ਬਣਦਾ ਸੀ ਮੀਡੀਆ 'ਚ, ਅਖਬਾਰਾਂ 'ਚ ਨਾਮ ਬਹੁਤ ਹੁੰਦਾ ਸੀਗਾ, ਪਰ ਮੈਂ ਆਪਣਾ ਪੇਂਟਿੰਗ ਦਾ ਕੰਮ ਕਰਦਾ ਰਹਿੰਦਾ ਸੀ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਹੀ, ਉਸ ਦੇ ਨਾਲ ਮੇਰਾ ਰੋਜ਼ੀ ਰੋਟੀ ਘਰ ਦਾ ਪਰਿਵਾਰ ਦਾ ਚੱਲਦਾ ਰਹਿੰਦਾ। ਪਰ ਹੁਣ ਇੰਨੀ ਸਪੋਰਟ ਮੈਨੂੰ ਇਸ ਲਾਈਨ ਦੇ ਵਿੱਚ ਕੀਤੀ ਹੈ ਮੇਰੇ NRI ਭਰਾਵਾਂ ਨੇ, ਅਤੇ ਬਸ ਮੈਨੂੰ ਲੱਗਦਾ ਵੀ ਬਹੁਤ ਜਲਦੀ ਮੈਂ ਬਾਹਰਲਾ ਟੂਰ ਵੀ ਉਹਨਾਂ ਦੇ ਆਸਰੇ 'ਤੇ ਕਰੂੰਗਾ।